ਸੰਘਰਸ਼ ਦੇ ਰਾਹ ਪਏ ਵਾਹਨ ਚਾਲਕ, ਟਰੱਕ ਆਪਰੇਟਰ, ਬੱਸ ਦੇ ਡਰਾਈਵਰਾਂ ਦੀ ਜਿੱਤ ਹੋਈ ਹੈ। ਦੱਸ ਦਈਏ ਕਿ ਦੇਸ਼ ਦੇ ਵਿੱਚ ਨਵਾਂ ਹਿੱਟ ਐਂਡ ਰਨ ਕਾਨੂੰਨ ਲਾਗੂ ਨਹੀਂ ਹੋਵੇਗਾ ਤਾਂ ਟਰੱਕ ਆਪਰੇਟਰਾਂ ਅਤੇ ਬੱਸ ਚਾਲਕਾਂ ਲਈ ਵੱਡੀ ਰਾਹਤ ਭਰੀ ਖਬਰ ਹੈ। ਦੇਸ਼ ਦੇ ਵਿੱਚ ਇਹਨਾਂ ਸੰਗਠਨਾਂ ਦੇ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਸੀ। ਇਹ ਕਾਨੂੰਨ ਰੱਦ ਕਰਨ ਦੀ ਮੰਗ ਆ ਜਿਹੜੀ ਉਹ ਕੀਤੀ ਗਈ ਸੀ ਤਾਂ ਦੇਸ਼ ਦੇ ਵਿੱਚ ਹਿੱਟ ਐਂਡ ਰਨ ਕਾਨੂੰਨ ਆ ਜਿਹੜਾ ਲਾਗੂ ਨਹੀਂ ਹੋਵੇਗਾ। ਦੱਸ ਦਈਏ ਕਿ 1 ਜੁਲਾਈ ਤੋਂ ਦੇਸ਼ ਦੇ ਵਿੱਚ ਅੰਗਰੇਜ਼ਾਂ ਦੇ ਕਾਨੂੰਨ ਦੀ ਥਾਂ ਆਪਣਾ ਕਾਨੂੰਨ ਲਾਗੂ ਹੋ ਜਾਵੇਗਾ, ਜਿਸ ਦੇ ਵਿੱਚ ਕਈ ਪੁਰਾਣੀਆਂ ਧਾਰਾਵਾਂ ਦੀ ਥਾਂ ਨਵੀਆਂ ਧਾਰਾਵਾਂ ਨੂੰ ਜੋੜਿਆ ਗਿਆ ਹੈ। ਪਰ ਇਸ ਦੌਰਾਨ ਹਿੱਟ ਐਂਡ ਰਨ ਕਾਨੂੰਨ ਲਾਗੂ ਨਹੀਂ ਹੋਵੇਗਾ। ਇਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਬਵਾਲ ਮਚਿਆ ਹੋਇਆ ਸੀ। ਵੱਡੀ ਗਿਣਤੀ ਦੇ ਵਿੱਚ ਡਰਾਈਵਰ ਸੜਕਾਂ 'ਤੇ ਉਤਰ ਆਏ ਸੀ ਅਤੇ ਇਹ ਕਾਨੂੰਨ ਸੀ ਹਿੱਟ ਐਂਡ ਰਨ ਦਾ, ਜਿਸ ਨੂੰ ਲੈ ਕੇ ਸਰਕਾਰ ਨੇ ਤਜਵੀਜ਼ ਕੀਤੀ ਸੀ ਕਿ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਚਾਲਕ ਨੂੰ 10 ਸਾਲ ਦੀ ਸਜ਼ਾ ਅਤੇ 7 ਲੱਖ ਰੁਪਏ ਜੁਰਮਾਨਾ ਹੋਵੇਗਾ। ਇਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ ਅਤੇ ਆਖਿਰਕਾਰ ਸਰਕਾਰ ਨੇ ਇਹ ਕਾਨੂੰਨ ਲਾਗੂ ਨਾ ਕਰਨ ਦਾ ਫੈਸਲਾ ਲਿਆ ਹੈ ਤਾਂ ਡਰਾਈਵਰ ਵੀਰਾਂ ਦੇ ਲਈ ਵੱਡੀ ਖਬਰ ਹੈ, ਜਿੱਤ ਦੀ ਖਬਰ ਹੈ ਕਿ ਉਹਨਾਂ ਦੇ ਸੰਘਰਸ਼ ਨੂੰ ਬੂਰ ਪਿਆ ਕੇਂਦਰ ਸਰਕਾਰ ਦੇ ਵੱਲੋਂ ਹਿੱਟ ਐਂਡ ਰਨ ਕਾਨੂੰਨ ਨਾ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਦੱਸ ਦਈਏ ਕਿ ਇੰਡੀਅਨ ਪੀਨਲ ਕੋਡ ਦੇ ਵਿੱਚ ਪਹਿਲਾਂ 511 ਧਾਰਾਵਾਂ ਸਨ ਪਰ ਹੁਣ ਇਹ 356 ਰਹਿ ਗਈਆਂ ਨੇ। 175 ਧਾਰਾਵਾਂ ਬਦਲ ਦਿੱਤੀਆਂ ਗਈਆਂ ਨੇ, 8 ਨਵੀਆਂ ਜੋੜੀਆਂ ਗਈਆਂ ਨੇ ਅਤੇ 22 ਧਾਰਾਵਾਂ ਖਤਮ ਹੋ ਗਈਆਂ ਨੇ। ਇਸ ਤਰ੍ਹਾਂ CRPC ਦੇ ਵਿੱਚ 533 ਧਾਰਾਵਾਂ ਬਚੀਆਂ ਨੇ, 160 ਧਾਰਾਵਾਂ ਬਦਲ ਗਈਆਂ ਨੇ, ਜਦਕਿ 9 ਧਾਰਾਵਾਂ ਨੂੰ ਜੋੜਿਆ ਗਿਆ ਹੈ ਅਤੇ 9 ਖਤਮ ਹੋਈਆਂ ਨੇ। ਜ਼ਿਕਰਯੋਗ ਹੈ ਕਿ ਨਵੇਂ ਕਾਨੂੰਨਾਂ ਦਾ ਬਿੱਲ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਸਾਲ ਦਸੰਬਰ ਦੇ ਵਿੱਚ ਪੇਸ਼ ਕੀਤਾ ਸੀ ਜੋ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਪਾਸ ਹੋਣ ਤੋਂ ਬਾਅਦ ਕਾਨੂੰਨ ਬਣ ਗਿਆ। ਇਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ। 1 ਜੁਲਾਈ ਤੋਂ 3 ਨਵੇਂ ਅਪਰਾਧਿਕ ਕਾਨੂੰਨ ਬਦਲ ਜਾਣਗੇ ਔਰ ਹਿੱਟ ਐਂਡ ਰਨ ਕਾਨੂੰਨ ਦੇਸ਼ ਦੇ ਵਿੱਚ ਲਾਗੂ ਨਹੀਂ ਹੋਵੇਗਾ। ਦੇਸ਼ ਦੇ ਵਿੱਚ ਬਹੁਤ ਸਾਰੇ ਸੰਘਰਸ਼ ਹੋਏ ਸੀ, ਟਰੱਕ ਚਾਲਕਾਂ ਦੇ ਵੱਲੋਂ, ਬੱਸਾਂ ਦੇ ਡਰਾਈਵਰਾਂ ਦੇ ਵੱਲੋਂ, ਵਾਹਨ ਚਾਲਕਾਂ ਦੇ ਵੱਲੋਂ ਕਿ ਇਸ ਕਾਨੂੰਨ ਦੇ ਨਾਲ ਨੁਕਸਾਨ ਹੋਵੇਗਾ, ਉਹਨਾਂ ਦੇ ਲਈ ਫਾਇਦੇਮੰਦ ਨਹੀਂ, ਇਸ ਕਰਕੇ ਇਸ ਨੂੰ ਰਿਜੈਕਟ ਕੀਤਾ ਜਾਵੇ, ਰੱਦ ਕੀਤਾ ਜਾਵੇ। ਤਾਂ ਹੁਣ ਡਰਾਈਵਰਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੇ ਵੱਲੋਂ ਹਿੱਟ ਐਂਡ ਰਨ ਕਾਨੂੰਨ ਨਾ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ।